ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ ਹਾਜ਼ਰਾਂ ਸੀ ਮਨਿੰਦਰ ਕੌਰ ਸ਼ਾਹੀ ਦੁਆਰਾ ਲਿਖੀ ਗਈ ਕਹਾਣੀ ਲਾਡੀ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਲਾਡੀ ਨੇ ਪਹਿਲਾਂ ਵੀ ਸੁੱਖੇ ਨੂੰ ਸ਼ਿਕਾਇਤ ਕੀਤੀ ਸੀ ਪਿੰਦੇ ਬਾਰੇ ਕਿ ਉਹਦਾ ਦੇਖਣ ਦਾ ਨਜ਼ਰੀਆ ਠੀਕ ਨਹੀਂ, ਪਰ ਸੁੱਖਾ ਕਹਿੰਦਾ ਕਿ ਇੱਦਾਂ ਦੀ ਗੱਲ ਨਹੀਂ, ਉਹ ਤੇ ਪਿੰਦਾ ਬਚਪਨ ਦੇ ਦੋਸਤ ਹਨ, ਤੈਨੂੰ ਐਵੇਂ ਹੀ ਲੱਗਾ ਹੋਣਾ। ਪਰ ਲਾਡੀ ਠੀਕ ਕਹਿੰਦੀ ਸੀ। ਪਿੰਦਾ ਆਉਂਦਾ ਹੈ ਅਤੇ ਸੁੱਖੇ ਦੇ ਬਾਪੂ ਨੂੰ ਕਹਿੰਦਾ ਹੈ ਕਿ ਜੇਕਰ ਕੋਈ ਕੰਮ ਹੈ ਤਾਂ ਦੱਸੋ। ਸਿਮਰਨ ਨੂੰ ਬੁਖਾਰ ਸੀ ਅਤੇ ਉਸਨੂੰ ਡਾਕਟਰ ਦੇ ਲਿਜਾਣਾ ਸੀ। ਸੁੱਖੇ ਦਾ ਬਾਪੂ ਪਿੰਦੇ ਨੂੰ ਕਹਿੰਦਾ ਕਿ ਲਾਡੀ ਅਤੇ ਸਿਮਰਨ ਨੂੰ ਡਾਕਟਰ ਦੇ ਲੈ ਜਾਈਂ। ਪਿੰਦੇ ਨੂੰ ਚਾਅ ਚੜ ਗਿਆ, ਪਰ ਲਾਡੀ ਉਹਦੇ ਨਾਲ ਨਹੀਂ ਸੀ ਜਾਣਾ ਚਾਹੁੰਦੀ। ਉਹ ਆਪਣੇ ਸਹੁਰੇ ਨੂੰ ਕਹਿੰਦੀ ਕਿ ਡੈਡੀ ਜੀ, ਤੁਸੀਂ ਚਲੇ ਜਾਂਦੇ ਨਾਲ। ਪਰ ਪਿੰਦਾ ਸਿਮਰਨ ਨੂੰ ਚੁੱਕ ਕੇ ਪਹਿਲਾਂ ਹੀ ਤੁਰ ਪਿਆ ਅਤੇ ਕਹਿੰਦਾ, ਅੰਕਲ ਤੁਸੀਂ ਰੈਸਟ ਕਰੋ, ਮੈਂ ਜਾ ਰਿਹਾ। ਪਿੰਦਾ ਰਸਤੇ ਵਿੱਚ ਕਹਿੰਦਾ, ਪਹਿਲਾਂ ਕੁਝ ਠੰਡਾ ਪੀਂਦੇ ਹਾਂ ਭਾਬੀ, ਫਿਰ ਡਾਕਟਰ ਦੇ ਚਲੇ ਜਾਂਦੇ। ਲਾਡੀ ਕਹਿੰਦੀ ਕਿ ਮੇਰੀ ਕੁੜੀ ਬੁਖਾਰ ਨਾਲ ਤਪਣ ਲੱਗੀ ਆ ਅਤੇ ਪਿੰਦੇ ਤੈਨੂੰ ਠੰਡੇ ਪੀਂਦੀ ਪਈ ਆ। ਉਹ ਕਹਿੰਦੇ, ਸਿੱਧਾ ਡਾਕਟਰ ਦੇ ਚੱਲ। ਹੁਣ ਪਿੰਦਾ ਅਕਸਰ ਹੀ ਲਾਡੀ ਦੇ ਨੇੜੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਅਤੇ ਕੋਈ ਚੀਜ਼ ਫੜਾਉਣ ਵੇਲੇ ਜਾਨ ਬੁੱਝ ਕੇ ਉਹਦੇ ਹੱਥਾਂ ਨੂੰ ਛੋਹਣ ਦੀ ਕੋਸ਼ਿਸ਼ ਕਰਦਾ। ਉੱਧਰ ਸੁੱਖੇ ਦਾ ਫੋਨ ਵੀ ਆਉਂਦਾ ਰਹਿੰਦਾ ਅਤੇ ਉਹ ਹੁਣ ਕੰਮ ਕਰਨ ਵੀ ਲੱਗ ਪਿਆ ਸੀ। ਹੁਣ ਲਾਡੀ ਦੇ ਪੇਕੇ ਘਰ ਉਹਦੇ ਰੂਹ ਪੀਰੀ ਦਾ ਵਿਆਹ ਸੀ। ਲਾਡੀ ਕਾਫੀ ਟਾਈਮ ਆਪਣੇ ਪੇਕੇ ਘਰ ਰਹਿ ਕੇ ਸਹੁਰੇ ਘਰ ਚਲੀ ਗਈ। ਸਿਮਰਨ ਨੂੰ ਹੁਣ ਸਕੂਲ ਲਗਾ ਦਿੱਤਾ ਸੀ। ਹੁਣ ਲਾਡੀ ਦੇ ਛੋਟੇ ਭਰਾ ਦਾ ਮੰਗਣਾ ਵੀ ਕਨੇਡਾ ਦੀ ਕੁੜੀ ਨਾਲ ਹੋ ਗਿਆ ਸੀ। ਵਿਆਹ ਸਾਲ ਤੱਕ ਮੁੰਡੇ ਦੇ ਕਨੇਡਾ ਪਹੁੰਚਣ 'ਤੇ ਹੀ ਕਰਨਾ ਸੀ। ਹੁਣ ਸੁੱਖੇ ਦਾ ਫੋਨ ਲਾਡੀ ਨੂੰ ਆਉਂਦਾ, ਪਰ ਉਸਦਾ ਗੱਲ ਕਰਨ ਦਾ ਢੰਗ ਲਾਡੀ ਨੂੰ ਬਦਲਿਆ ਲੱਗਦਾ। ਉਹ ਸੁੱਖੇ ਨੂੰ ਪੁੱਛਦੀ ਹੈ ਕਿ ਕੋਈ ਗੱਲ ਜ਼ਰੂਰ ਹੈ, ਦੱਸੋ। ਉਹ ਕਹਿੰਦਾ, ਕੋਈ ਗੱਲ ਨਹੀਂ, ਸਭ ਠੀਕ ਹੈ, ਕੰਮ ਵੀ ਠੀਕ ਚੱਲਦਾ। ਉੱਧਰ ਪਿੰਦਾ ਦੇਖਦਾ ਹੈ ਕਿ ਲਾਡੀ ਦੇ ਸੱਸ ਸਹੁਰਾ ਕਿਤੇ ਜਾ ਰਹੇ ਹੁੰਦੇ, ਉਹ ਮੌਕੇ ਦਾ ਫਾਇਦਾ ਉਠਾਉਣ ਬਾਰੇ ਸੋਚਦਾ। ਪਿੰਦਾ ਉਹਨਾਂ ਦੇ ਘਰ ਜਾਂਦਾ ਅਤੇ ਲਾਡੀ ਕਹਿੰਦੀ, ਡੈਡੀ ਤੇ ਘਰ ਨਹੀਂ। ਉਹ ਕਹਿੰਦਾ, ਇਸ ਲਈ ਹੀ ਤਾਂ ਮੈਂ ਆਇਆ ਹਾਂ। ਅਤੇ ਕਹਿੰਦਾ, ਤੂੰ ਭਾਬੀ ਕਿੰਨੀ ਦੇਰ ਸੁੱਖੇ ਦਾ ਇੰਤਜ਼ਾਰ ਕਰਦੀ ਰਹਿਣਾ, ਉਹਨੇ ਨਹੀਂ ਆਉਣਾ ਵਾਪਸ, ਦੇਖ ਲਈ। ਅਤੇ ਨਾਲ ਹੀ ਉਹ ਅੱਗੇ ਵੱਧ ਕੇ ਲਾਡੀ ਨੂੰ ਜੱਫੀ ਪਾ ਲੈਂਦਾ ਅਤੇ ਲਾਡੀ ਬਹੁਤ ਜ਼ੋਰ ਨਾਲ ਆਪਣੇ ਆਪ ਨੂੰ ਉਸ ਦੀਆਂ ਬਾਹਾਂ ਵਿੱਚੋਂ ਯਾਦ ਕਰਾਉਂਦੀ ਅਤੇ ਇੱਕ ਜ਼ੋਰਦਾਰ ਥੱਪੜ ਉਸਦੇ ਮੂੰਹ 'ਤੇ ਮਾਰਦੀ। ਕਹਿੰਦੀ, ਦਫਾ ਹੋ ਜਾ ਇੱਥੋਂ, ਸ਼ਰਮ ਕਰ, ਤੈਨੂੰ ਸੁੱਖਾ ਆਪਣੇ ਭਰਾਵਾਂ ਵਰਗਾ ਸਮਝਦਾ ਹੈ ਅਤੇ ਤੂੰ ਕੀ ਨਿਕਲਿਆ। ਉਹ ਚਲਾ ਜਾਂਦਾ। ਲਾਡੀ ਪਿੰਦੇ ਵਾਲੀ ਸਾਰੀ ਗੱਲ ਆਪਣੇ ਸੱਸ ਸਹੁਰੇ ਨੂੰ ਦੱਸਦੀ ਆ। ਉਹ ਕਹਿੰਦੇ ਕਿ ਸਾਨੂੰ ਪਿੰਦੇ ਨੂੰ ਪਹਿਚਾਨਣ ਵਿੱਚ ਗਲਤੀ ਹੋ ਗਈ। ਸੁੱਖਾ ਜਿੱਥੇ ਕੰਮ ਕਰਦਾ ਸੀ ਉੱਥੇ ਇੱਕ ਔਰਤ ਵੀ ਕੰਮ ਕਰਦੀ ਸੀ ਜਿਸ ਦਾ ਤਲਾਕ ਹੋ ਚੁੱਕਾ ਸੀ। ਉਹ ਉਮਰ ਵਿੱਚ ਸੁੱਖੇ ਤੋਂ ਬਹੁਤ ਵੱਡੀ ਸੀ ਕਿਉਂਕਿ ਉਸਦੀ 15 ਅਤੇ 17 ਸਾਲ ਦੇ ਦੋ ਲੜਕੇ ਸਨ। ਉਹਦਾ ਦਿਲ ਸੁੱਖੇ 'ਤੇ ਆ ਗਿਆ ਅਤੇ ਉਸਨੂੰ ਇਹੋ ਵੀ ਪਤਾ ਸੀ ਕਿ ਸੁੱਖਾ ਕਨੇਡਾ ਵਿੱਚ ਕੱਚਾ ਹੈ। ਉਹ ਕਿਸੇ ਵੀ ਕੀਮਤ 'ਤੇ ਸੁੱਖੇ ਨੂੰ ਹਾਸਲ ਕਰਨਾ ਚਾਹੁੰਦੀ ਸੀ। ਉਹਨੇ ਸੁੱਖੇ ਨੂੰ ਕਿਹਾ ਕਿ ਜੇਕਰ ਤੂੰ ਚਾਹੇ ਮੈਂ ਤੈਨੂੰ ਪੱਕਾ ਕਰਵਾ ਸਕਦੀ ਹਾਂ ਇੱਥੇ। ਉਹ ਕਹਿੰਦੇ, ਤੂੰ ਮੇਰੇ ਨਾਲ ਵਿਆਹ ਕਰਵਾ ਲਈ। ਪਰ ਸੁੱਖਾ ਆਖਦਾ, ਮੇਰਾ ਵਿਆਹ ਤਾਂ ਹੋ ਚੁੱਕਾ ਹੈ ਅਤੇ ਮੈਂ ਆਪਣੀ ਪਤਨੀ ਅਤੇ ਬੇਟੀ ਨੂੰ ਬਹੁਤ ਪਿਆਰ ਕਰਦਾ। ਉਹ ਕਹਿੰਦੀ ਕਿ ਜਦੋਂ ਤੂੰ ਪੱਕਾ ਹੋ ਜਾਵੇਂ ਫਿਰ ਤੂੰ ਮੈਨੂੰ ਤਲਾਕ ਦੇ ਦੇਵੇਂ ਅਤੇ ਆਪਣੀ ਪਤਨੀ ਅਤੇ ਬੇਟੀ ਨੂੰ ਸੱਦ ਲਈ। ਇਸ ਤੋਂ ਇਲਾਵਾ ਤੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਪੱਕੇ ਹੋਣ ਦਾ। ਇਹ ਸੁੱਖੇ ਨੂੰ ਕਹਿੰਦੀ, ਸੋਚ ਲੈ ਤੂੰ ਇਸ ਬਾਰੇ। ਲਾਡੀ ਦੇ ਭਰਾ ਦਾ ਕੰਮ ਵੀ ਬਣ ਗਿਆ ਸੀ ਕਨੇਡਾ ਜਾਣ ਦਾ। ਉਹਨੇ ਹੁਣ ਚਲੇ ਜਾਣਾ ਸੀ ਹਫ਼ਤੇ ਤੱਕ ਕਨੇਡਾ। ਸੁੱਖਾ ਆਪਣੀ ਭੈਣ ਦੇ ਘਰ ਕਾਫ਼ੀ ਦੇਰ ਤੋਂ ਰਹਿ ਰਿਹਾ ਸੀ। ਇੱਕ ਦਿਨ ਉਸਨੇ ਸੁਣਿਆ ਕਿ ਉਸਦਾ ਜੀਜਾ ਉਸਦੀ ਭੈਣ ਨੂੰ ਕਹਿ ਰਿਹਾ ਸੀ ਕਿ ਹੁਣ ਸੁੱਖੇ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ।
ਉਹ ਅਲੱਗ ਕਮਰਾ ਲਈ ਜ਼ਿਕਰ ਘਰ ਨਹੀਂ ਖਰੀਦ ਸਕਦਾ। ਪਰ ਉਸਦੀ ਭੈਣ ਕਹਿੰਦੀ ਕਿ ਕੋਈ ਗੱਲ ਨਹੀਂ ਆ, ਇੱਥੇ ਵੀ ਰਹੀ ਜਾਏ, ਸੁੱਖੇ ਦੀ ਕਿਹੜਾ ਇੰਨੀ ਕਮਾਈ ਆ ਜਿਹੜਾ ਘਰ ਖਰੀਦ ਸਕੇ। ਪਰ ਉਹਦਾ ਜੀਜਾ ਗੁੱਸੇ ਵਿੱਚ ਕਹਿੰਦਾ, ਇਹ ਕਨੇਡਾ ਹੈ, ਪੰਜਾਬ ਨਹੀਂ। ਮੈਂ 3 ਸਾਲੇ ਨੂੰ ਘਰ ਰੱਖਿਆ, ਲੋਕੀ ਤਾਂ 2 ਦਿਨ ਨਹੀਂ ਰੱਖਦੇ ਇੱਥੇ। ਸੁੱਖਾ ਸਭ ਸੁਣ ਕੇ ਮਨ ਬਣਾ ਲੈਂਦਾ ਹੈ ਕਿ ਆਪਣਾ ਅਲੱਗ ਰਹਿਣ ਦਾ ਪ੍ਰਬੰਧ ਕਰਨਾ ਪੈਣਾ। ਉਹ ਆਪਣੇ ਕੰਮ 'ਤੇ ਜਾਂਦਾ ਅਤੇ ਉਹੀ ਔਰਤ ਜਿਸਦਾ ਨਾਮ ਜੱਸੀ ਹੁੰਦਾ, ਸੁੱਖੇ ਨੂੰ ਪੁੱਛਦੀ ਹੈ ਕਿ ਫਿਰ ਤੂੰ ਕੀ ਸੋਚਿਆ ਆਪਣੀ ਘਰਵਾਲੀ ਨੂੰ ਤਲਾਕ ਦੇਣ ਬਾਰੇ। ਸੁੱਖਾ ਆਖਦਾ, ਮੈਂ ਕੁਛ ਨਹੀਂ ਸੋਚਿਆ ਅਜੇ ਤੱਕ, ਮੈਂ ਕੋਈ ਆਪਣੀ ਰਹਿਣ ਲਈ ਕਿਰਾਏ ਦਾ ਘਰ ਦੇਖਦਾ ਪਿਆ। ਜੱਸੀ ਨੂੰ ਤਾਂ ਸਮਝੋ ਚਾਹ ਚੜ ਗਿਆ। ਇਹ ਗੱਲ ਸੁਣ ਕੇ ਉਹ ਸੁੱਖੇ ਨੂੰ ਕਹਿੰਦੀ ਕਿ ਮੇਰਾ ਘਰ ਇੰਨਾ ਵੱਡਾ ਹੈ, ਤੂੰ ਉੱਥੇ ਰਹਿ ਆ ਕੇ। ਸੁੱਖਾ ਨਹੀਂ ਮੰਨਦਾ, ਪਰ ਉਹ ਪਿੱਛੇ ਹੀ ਪੈ ਜਾਂਦੀ ਆ ਅਤੇ ਸੁੱਖੇ ਨੂੰ ਕਹਿੰਦੀ, ਸਮਝ ਲੈ ਕੇ ਤੂੰ ਕਿਰਾਏ 'ਤੇ ਘਰ ਲੈ ਲਿਆ, ਕਿਰਾਇਆ ਮੈਨੂੰ ਦੇ ਜਾਈ। ਉਹ ਸੁੱਖੇ ਦਾ ਸਮਾਨ ਚੁੱਕਣ ਸੁੱਖੇ ਨਾਲ ਉਸਦੀ ਭੈਣ ਦੇ ਘਰ ਜਾਂਦੀ। ਉਸਦੀ ਭੈਣ ਉਸ ਔਰਤ ਨੂੰ ਪਹਿਲਾਂ ਹੀ ਜਾਣਦੀ ਹੁੰਦੀ। ਸੁੱਖੇ ਦੀ ਭੈਣ ਸੁੱਖੇ ਨੂੰ ਕਹਿੰਦੀ ਕਿ ਤੂੰ ਇਹਦੇ ਨਾਲ ਕਿੱਥੇ ਚੱਲਾਂ, ਇਹ ਠੀਕ ਔਰਤ ਨਹੀਂ। ਪਰ ਸੁੱਖਾ ਆਪਣੀ ਭੈਣ ਨੂੰ ਕਹਿੰਦਾ ਕਿ ਮੈਨੂੰ ਜਾ ਲੈਣ ਦੇ, ਮੈਂ ਜੀਜੇ ਦੀ ਸਾਰੀ ਗੱਲ ਸੁਣ ਲਈ ਸੀ, ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਤੁਹਾਡੇ ਵਿੱਚ ਲੜਾਈ ਹੋਵੇ। ਉਹਦੀ ਭੈਣ ਕਹਿੰਦੀ ਕਿ ਅਸੀਂ ਤੈਨੂੰ ਹੋਰ ਘਰ ਲੱਭ ਦੇਵਾਂਗੇ। ਪਰ ਉਹ ਚਲਾ ਜਾਂਦਾ। ਸੁੱਖੇ ਦੀ ਭੈਣ ਆਪਣੇ ਮਾਂ ਬਾਪ ਨੂੰ ਫੋਨ ਕਰਦੀ ਕਿ ਸੁੱਖਾ ਇੱਕ ਜੱਸੀ ਨਾਮ ਦੀ ਔਰਤ ਨਾਲ ਚਲਿਆ ਗਿਆ ਹੈ। ਉਹਦੀ ਮਾਂ ਕਹਿੰਦੀ, ਤੂੰ ਰੋਕਿਆ ਕਿਉਂ ਨਹੀਂ ਉਹਨੂੰ? ਸੁੱਖੇ ਦੀ ਭੈਣ ਕਹਿੰਦੀ, ਤੁਸੀਂ ਲਾਡੀ ਨੂੰ ਨਾ ਦੱਸਿਓ, ਉਹਨੇ ਟੈਨਸ਼ਨ ਲੈਣੀ। ਉੱਧਰ ਜੱਸੀ ਦੇ ਘਰ ਕੋਈ ਨਹੀਂ ਹੁੰਦਾ, ਉਹਦੇ ਬੱਚੇ ਤਲਾਕ ਤੋਂ ਬਾਅਦ ਆਪਣੇ ਬਾਪ ਨਾਲ ਹੀ ਰਹਿਣਾ ਪਸੰਦ ਕਰਦੇ ਸੀ। ਉਹ ਕਦੇ ਕਦੇ ਹੀ ਆਉਂਦੇ ਸਨ ਉਹਦੇ ਕੋਲ। ਜੱਸੀ ਨੂੰ ਬਹੁਤ ਕਾਹਲੀ ਹੁੰਦੀ ਆ ਕਿ ਉਹ ਸੁੱਖਾ ਆਪਣੀ ਪਤਨੀ ਨੂੰ ਤਲਾਕ ਦੇ ਦੇਵੇ। ਜੱਸੀ ਸੁੱਖੇ ਨੂੰ ਫਿਰ ਕਹਿੰਦੀ ਆ ਕਿ ਆਪਣੀ ਪਤਨੀ ਨਾਲ ਫੋਨ 'ਤੇ ਗੱਲ ਕਰ ਲਈ ਅੱਜ। ਸੁੱਖੇ ਦੀ ਹਿੰਮਤ ਨਹੀਂ ਹੁੰਦੀ ਲਾਡੀ ਨਾਲ ਤਲਾਕ ਦੀ ਗੱਲ ਕਰਨ ਬਾਰੇ। ਉਹ ਸੋਚਦਾ ਹੈ ਕਿ ਉਹ ਲਾਡੀ ਹੈ ਜਿਸ ਦੇ ਨਾਲ ਵਿਆਹ ਕਰਵਾਉਣ ਲਈ ਉਹ ਇੱਕ ਦਿਨ ਸੁੱਖਣਾ ਸੁੱਕਦਾ ਫਿਰਦਾ ਸੀ, ਅਤੇ ਅੱਜ ਉਹਨੂੰ ਤਲਾਕ ਲਈ ਕਿਵੇਂ ਕਹਿ ਸਕਦਾ। ਸੁੱਖਾ ਜੱਸੀ ਨੂੰ ਕਹਿੰਦਾ ਹੈ ਕਿ ਮੇਰੇ ਕੋਲੋਂ ਨਹੀਂ ਹੋਣਾ, ਮੈਂ ਇੱਥੇ ਕੱਚਾ ਹੀ ਠੀਕ ਹਾਂ। ਜਦੋਂ ਸੁੱਖੇ ਨੇ ਕਨੇਡਾ ਜਾਣਾ ਸੀ ਉਦੋਂ ਲਾਡੀ ਦਾ ਬਾਪ ਸੁੱਖੇ ਦੇ ਬਾਹਰ ਜਾਣ ਦੇ ਬਿਲਕੁਲ ਖਿਲਾਫ ਸੀ। ਉਹ ਕਹਿੰਦਾ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਕੁੜੀ ਦਾ ਘਰ ਵਾਲਾ ਬਾਹਰ ਗਿਆ ਸੀ, ਅੱਜ ਤੱਕ ਨਹੀਂ ਵਾਪਸ ਆਇਆ, ਉੱਧਰ ਹੋਰ ਵਿਆਹ ਕਰਵਾ ਲਿਆ। ਇਸ ਲਈ ਲਾਡੀ ਦੇ ਬਾਪ ਨੇ ਆਪਣੀ ਤਸੱਲੀ ਲਈ ਸੁੱਖੇ 'ਤੇ ਲਾਡੀ ਦੇ ਵਿਆਹ ਨੂੰ ਕੋਰਟ ਵਿੱਚ ਰਜਿਸਟਰ ਕਰਵਾਇਆ ਸੀ। ਹੁਣ ਲਾਡੀ ਨੂੰ ਸੁੱਖੇ ਦਾ ਫੋਨ ਆਉਣਾ ਥੋੜ੍ਹਾ ਘੱਟ ਗਿਆ ਸੀ। ਲਾਡੀ ਨੂੰ ਫਿਕਰ ਹੁੰਦੀ ਸੀ ਕਿ ਸਭ ਠੀਕ ਹੋਵੇ। ਲਾਡੀ ਨੇ ਸੁੱਖੇ ਨੂੰ ਫੋਨ ਕੀਤਾ ਜਿਹੜਾ ਕਿ ਉਸਦੀ ਭੈਣ ਦੇ ਘਰ ਦਾ ਨੰਬਰ ਦੀ। ਲਾਡੀ ਉਸ ਨੂੰ ਸੁੱਖੇ ਨਾਲ ਗੱਲ ਕਰਵਾਉਣ ਨੂੰ ਕਹਿੰਦੀ ਆ। ਉਹ ਕਹਿੰਦੀ ਸੁੱਖਾ ਤਾਂ ਆਪਣੇ ਕਿਸੇ ਦੋਸਤ ਨਾਲ ਘੁੰਮਣ ਗਿਆ, ਉਹਨੇ ਲਾਡੀ ਨੂੰ ਸੱਚ ਨਾ ਦੱਸਿਆ। ਸੁੱਖਾ ਹੁਣ ਡਬਲ ਸ਼ਿਫਟ ਲਗਾਉਣ ਲੱਗ ਪਿਆ ਸੀ। ਜਦੋਂ ਛੁੱਟੀ ਹੁੰਦੀ ਤਾਂ ਜੱਸੀ ਉਹਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ, ਕਦੇ ਕਹਿੰਦੀ ਘੁੰਮਣ ਚੱਲਦੇ ਹਾਂ, ਕਦੇ ਬਾਹਰ ਖਾਣਾ ਖਾਣ ਨੂੰ ਕਹਿੰਦੀ, ਪਰ ਸੁੱਖਾ ਉਹਨੂੰ ਨਾ ਨੁੱਕਰ ਕਰਦਾ। ਜੱਸੀ ਸੁੱਖੇ ਨੂੰ ਗੱਲਾਂ ਗੱਲਾਂ ਵਿੱਚ ਕਨੇਡਾ ਵਿੱਚ ਪੱਕੇ ਹੋਣ ਦੇ ਫਾਇਦੇ ਦੱਸਦੀ ਅਤੇ ਕਹਿੰਦੀ ਕਿ ਮੈਂ ਤੈਨੂੰ ਆਪਣਾ ਦੋਸਤ ਮੰਨਦੀ ਹਾਂ, ਇਸ ਲਈ ਕਹਿੰਦੀ ਹਾਂ ਤੈਨੂੰ ਪੱਕਾ ਕਰਵਾ ਦਿੰਦੀ, ਫਿਰ ਤੂੰ ਆਪਣੇ ਪਰਿਵਾਰ ਨੂੰ ਬੁਲਾ ਲਵੇਂ। ਝੂਠਾ ਵਿਆਹ ਹੀ ਤਾਂ ਕਰਨਾ ਹੈ, ਇੱਥੇ ਔਰਤਾਂ ਕਿੰਨੇ ਪੈਸੇ ਹੀ ਲੈਂਦੀਆਂ ਪੱਕੇ ਕਰਵਾਉਣ ਦੀ। ਕਹਿੰਦੀ ਤੂੰ ਆਪਣੇ ਨਾਲ ਕੰਮ ਕਰਨ ਵਾਲੀ ਮਨਜੀਤ ਨੂੰ ਹੀ ਦੇਖ ਲਾ, ਉਹ ਵੀ ਝੂਠਾ ਵਿਆਹ ਕਰਵਾ ਕੇ ਪੱਕਾ ਹੋਇਆ। ਸੁੱਖਾ ਹੁਣ ਲਾਡੀ ਨੂੰ ਫੋਨ ਕਰਦਾ। ਲਾਡੀ ਫੋਨ ਚੁੱਕਦੀ ਅਤੇ ਬਹੁਤ ਖੁਸ਼ ਹੁੰਦੀ, ਕਹਿੰਦੀ ਤੁਸੀਂ ਘੁੰਮ ਆਏ ਆਪਣੇ ਦੋਸਤ ਨਾਲ, ਮੈਨੂੰ ਭੈਣ ਨੇ ਦੱਸਿਆ ਕਿ ਤੁਸੀਂ ਘੁੰਮਣ ਗਏ ਸੀ। ਉਹ ਚੁੱਪ ਹੀ ਰਹਿੰਦਾ। ਲਾਡੀ ਕਹਿੰਦੀ ਤੁਸੀਂ ਠੀਕ ਬੋਲਦੇ, ਕਿਉਂ ਨਹੀਂ? ਕਹਿੰਦੀ ਅੱਛਾ
ਸਿਮਰਨ ਨਾਲ ਗੱਲ ਕਰੋ। ਸਿਮਰਨ ਕਹਿੰਦੀ, ਪਾਪਾ ਤੁਸੀਂ ਜਦੋਂ ਆਉਣਾ ਮੇਰੇ ਲਈ ਬਹੁਤ ਸਾਰੇ ਖਿਡੌਣੇ ਲੈ ਆਇਓ। ਸੁੱਖਾ ਆਖਦਾ, ਠੀਕ ਆ ਪੁੱਤ। ਲਾਡੀ ਫੋਨ ਫੜਦੀ ਅਤੇ ਸੁੱਖਾ ਸਾਰਿਆਂ ਦਾ ਰਾਜ਼ੀ ਖੁਸ਼ੀ ਪੁੱਛਦਾ। ਜੱਸੀ ਉਹਨੂੰ ਇਸ਼ਾਰਾ ਕਰਦੀ ਤਲਾਕ ਦੀ ਗੱਲ ਕਰਨ ਬਾਰੇ। ਸੁੱਖਾ ਲਾਡੀ ਨੂੰ ਕਹਿੰਦਾ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ। ਲਾਡੀ ਕਹਿੰਦੀ, ਦੱਸੋ। ਕਹਿੰਦਾ ਕਿ ਜੇਕਰ ਮੈਂ ਕੈਨੇਡਾ ਪੱਕਾ ਹੋ ਜਾਵਾਂ ਤਾਂ ਤੁਹਾਨੂੰ ਜਲਦੀ ਬੁਲਾ ਸਕਦਾ। ਪਰ ਲਾਡੀ ਕਹਿੰਦੀ, ਪਰ ਕੀ? ਉਹ ਕਹਿੰਦਾ ਕਿ ਮੈਨੂੰ ਇੱਥੇ ਝੂਠਾ ਵਿਆਹ ਕਰਵਾਉਣਾ ਪੈਣਾ ਅਤੇ ਉਹਦੇ ਲਈ ਮੈਨੂੰ ਤਲਾਕ ਚਾਹੀਦਾ ਤੇਰੇ ਤੋਂ। ਤਲਾਕ ਦੀ ਗੱਲ ਸੁਣਦੇ ਸਾਰ ਹੀ ਲਾਡੀ ਦਾ ਸਾਰਾ ਸਰੀਰ ਕੰਬਣ ਲੱਗ ਜਾਂਦਾ ਅਤੇ ਉਹਦੇ ਕੋਲੋਂ ਬੋਲਿਆ ਨਹੀਂ ਜਾਂਦਾ। ਉਹ ਫੋਨ ਰੱਖ ਦਿੰਦੀ। ਸੁੱਖਾ ਹੈਲੋ ਹੈਲੋ ਬੋਲਦਾ ਰਿਹਾ। ਉਹ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਰੋਂਦੀ। ਉਸੇ ਸੱਸ ਪੁੱਛਦੀ, ਕੀ ਗਲਤੀ ਹੈ? ਲਾਡੀ ਰੋਂਦੇ ਹੋਏ ਦੱਸੀ ਕਿ ਸੁੱਖਾ ਤਲਾਕ ਮੰਗਦਾ ਪੱਕੇ ਹੋਣ ਨੂੰ ਵਿਆਹ ਕਰਵਾਉਣਾ ਉਹਨੇ। ਲਾਡੀ ਦੇ ਸਹੁਰੇ ਨੂੰ ਪਤਾ ਲੱਗਦਾ ਅਤੇ ਉਹ ਕਹਿੰਦਾ, ਮੈਂ ਕਰਦਾ ਗੱਲ ਉਹਦੇ ਨਾਲ। ਉਹ ਸੁੱਖੇ ਨਾਲ ਗੱਲ ਕਰਦੀ ਕਿ ਲਾਡੀ ਨੇ ਤੈਨੂੰ ਕੋਈ ਤਲਾਕ ਨਹੀਂ ਦੇਣਾ। ਕਿਹੜੀ ਜਨਾਨੀ ਦੇ ਪਿੱਛੇ ਲੱਗਾਇਆ ਤੂੰ? ਵਾਪਸ ਆ ਜਾ ਇੱਥੇ। ਹੁਣ ਥੋੜ੍ਹੇ ਦਿਨ ਇੱਦਾਂ ਹੀ ਲੰਘ ਜਾਂਦੇ। ਲਾਡੀ ਅਕਸਰ ਰੋਂਦੀ ਰਹਿੰਦੀ। ਸੁੱਖਾ ਜੱਸੀ ਨੂੰ ਕਹਿੰਦਾ ਕਿ ਮੈਂ ਕਿਹਾ ਸੀ ਨਾ ਕੋਈ ਤਲਾਕ ਨਹੀਂ ਮਿਲਣਾ ਮੈਨੂੰ। ਜੱਸੀ ਕਹਿੰਦੀ ਕਿ ਮੈਂ ਗੱਲ ਕਰਦੀ ਹਾਂ ਲਾਡੀ ਨਾਲ, ਉਹਨੂੰ ਸਮਝਾਉਂਦੀ ਹਾਂ। ਉਹ ਫੋਨ ਲਗਾਉਂਦਾ, ਲਾਡੀ ਫੋਨ ਚੁੱਕਦੀ ਅਤੇ ਸੁੱਖਾ ਹਾਲ ਚਾਲ ਪੁੱਛਦਾ ਅਤੇ ਕਹਿੰਦਾ, ਮੈਂ ਕਿਸੇ ਨਾਲ ਗੱਲ ਕਰਵਾਉਣੀ ਸੀ ਲਾਡੀ ਤੇਰੀ। ਲਾਡੀ ਕਹਿੰਦੀ, ਕਿਹਦੇ ਨਾਲ? ਲਾਡੀ ਦਾ ਸਹੁਰਾ ਵੀ ਕੋਲ ਬੈਠਾ ਚਾਹ ਪੀ ਰਿਹਾ ਹੁੰਦਾ ਜਦੋਂ ਫੋਨ ਆਇਆ ਹੁੰਦਾ। ਜੱਸੀ ਸੁੱਖੇ ਕੋਲੋਂ ਫੋਨ ਖੋਹ ਲੈਂਦੀ ਅਤੇ ਕਹਿੰਦੀ, ਮੈਂ ਗੱਲ ਕਰਨੀ ਸੀ। ਲਾਡੀ ਕਹਿੰਦੀ, ਤੁਸੀਂ ਕੌਣ? ਉਹ ਕਹਿੰਦੀ, ਮੈਂ ਤੁਹਾਡੇ ਲਈ ਇੰਨਾ ਸੋਚੀ ਬੈਠੀ ਕਿ ਸੁੱਖੇ ਨਾਲ ਨਕਲੀ ਵਿਆਹ ਕਰਵਾ ਕੇ ਉਹਨੂੰ ਪੱਕਾ ਕਰਵਾ ਦੇਣਾ ਅਤੇ ਤੂੰ ਉਹਦੇ ਬਾਰੇ ਕੁਝ ਨਹੀਂ ਸੋਚਦੀ, ਤੂੰ ਇੱਕ ਝੂਠਾ ਤਲਾਕ ਵੀ ਨਹੀਂ ਦੇ ਸਕਦੀ। ਲਾਡੀ ਉਹਦੀ ਗੱਲ ਸੁਣ ਕੇ ਗੁੱਸੇ ਵਿੱਚ ਆ ਜਾਂਦੀ ਅਤੇ ਕਹਿੰਦੀ, ਤੂੰ ਕੌਣ ਹੁੰਦੀ ਮੈਨੂੰ ਸਮਝਾਉਣ ਵਾਲੀ? ਲਾਡੀ ਫੋਨ ਰੱਖ ਦਿੰਦੀ। ਜੱਸੀ ਕਹਿੰਦੀ ਕਿ ਸੁੱਖੇ, ਤੇਰੀ ਘਰਵਾਲੀ ਕਿੰਨੀ ਬੇਕੂਫ ਆ, ਉਹਨੂੰ ਤਾਂ ਆਪਣੇ ਨਫੇ ਨੁਕਸਾਨ ਦਾ ਵੀ ਨਹੀਂ ਪਤਾ। ਸੁੱਖਾ ਆਖਦਾ ਕਿ ਬੇਕੂਫ ਨਹੀਂ ਆ ਉਹ, ਕੋਈ ਵੀ ਔਰਤ ਆਪਣੇ ਘਰਵਾਲੀ ਨੂੰ ਤਲਾਕ ਨਹੀਂ ਦਿੰਦੀ, ਫਿਰ ਉਹ ਪਿਆਰ ਵੀ ਤਾਂ ਬਹੁਤ ਕਰਦੀ ਆ ਮੈਨੂੰ। ਜੱਸੀ ਦਿਲੋ ਦਿਲ ਸੋਚਦੀ ਆ ਕਿ ਇਹਨਾਂ ਦਾ ਰਿਸ਼ਤਾ ਮਜ਼ਬੂਤ ਲੱਗਦਾ, ਇੰਨੀ ਜਲਦੀ ਟੁੱਟਣ ਵਾਲਾ ਨਹੀਂ, ਕੋਈ ਹੋਰ ਸਕੀਮ ਲਗਾਉਣੀ ਪੈਣੀ ਸੁੱਖੇ ਨੂੰ ਹਮੇਸ਼ਾ ਲਈ ਆਪਣਾ ਬਣਾਉਣ ਲਈ। ਲਾਡੀ ਦਾ ਰੰਗ ਲਾਲ ਹੋ ਜਾਂਦਾ ਅਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ। ਹੁਣ ਹਰ ਰੋਜ਼ ਲਾਡੀ ਬਿਮਾਰ ਰਹਿਣ ਲੱਗ ਪਈ। ਉਹਨੂੰ ਨੀਂਦ ਵੀ ਨਹੀਂ ਆਉਂਦੀ, ਉਹਨੂੰ ਡਾਕਟਰਾਂ ਦੇ ਲੈ ਕੇ ਤੁਰੇ ਰਹਿੰਦੇ। ਲਾਡੀ ਦਾ ਸਹੁਰਾ ਸੁੱਖੇ ਨੂੰ ਫੋਨ 'ਤੇ ਕਹਿ ਦਿੰਦਾ ਕਿ ਬੇਸ਼ਰਮਾ, ਜੇਕਰ ਹੁਣ ਤੂੰ ਤਲਾਕ ਬਾਰੇ ਕੋਈ ਵੀ ਗੱਲ ਕੀਤੀ ਤਾਂ ਦੇਖੀ, ਤੈਨੂੰ ਕਦੇ ਵੀ ਤਲਾਕ ਨਹੀਂ ਮਿਲਣਾ, ਅਸੀਂ ਸਾਰੇ ਲਾਡੀ ਦੇ ਨਾਲ ਹਾਂ। ਲਾਡੀ ਦੇ ਸੱਸ ਸਹੁਰਾ ਕਹਿੰਦੇ, ਪੁੱਤ ਤੂੰ ਆਪਣੇ ਪੇਕਿਆਂ ਦੇ ਰਹਿ ਆ ਕੁਛ ਦਿਨ, ਜੇਕਰ ਤੇਰਾ ਦਿਲ ਕਰਦਾ। ਲਾਡੀ ਆਪਣੇ ਪੇਕੇ ਘਰ ਜਾਂਦੀ ਆ ਅਤੇ ਆਪਣੀ ਮਾਂ ਦੀ ਗੱਲ ਲੱਗ ਬਹੁਤ ਰੋਂਦੀ ਆ। ਸਾਰੀ ਗੱਲ ਮਾਂ ਬਾਪ ਨੂੰ ਦੱਸਦੀ ਅਤੇ ਉਹਦਾ ਬਾਪ ਗੁੱਸੇ ਵਿੱਚ ਆ ਜਾਂਦਾ। ਲਾਡੀ ਦਾ ਸਹੁਰਾ ਅਜੇ ਉੱਥੇ ਹੀ ਹੁੰਦਾ, ਉਹ ਲਾਡੀ ਅਤੇ ਉਹਦੀ ਬੇਟੀ ਨੂੰ ਛੱਡਣ ਆਇਆ ਸੀ। ਲਾਡੀ ਦਾ ਬਾਪ ਕਹਿੰਦਾ, ਭਰਾ ਜੀ, ਮੈਂ ਤਾਂ ਪਹਿਲਾਂ ਹੀ ਨਹੀਂ ਸੀ ਚਾਹੁੰਦਾ ਕਿ ਸੁੱਖਾ ਇਕੱਲਾ ਕੈਨੇਡਾ ਜਾਵੇ, ਪਰ ਪਰਿਵਾਰ ਨਾਲ ਜਾਂਦਾ ਤਾਂ ਹੋਰ ਗੱਲ ਸੀ, ਉਦੋਂ ਤੁਸੀਂ ਹੀ ਭੇਜਿਆ ਸੀ ਉਹਨੂੰ। ਲਾਡੀ ਕਹਿੰਦੀ ਕਿ ਡੈਡੀ ਜੀ ਅਤੇ ਆਪ ਬਹੁਤ ਪਰੇਸ਼ਾਨ ਹਨ। ਲਾਡੀ ਦਾ ਭਰਾ ਵੀ ਕੈਨੇਡਾ ਪਹੁੰਚ ਗਿਆ ਹੁੰਦਾ, ਪਰ ਉਹ ਸੁੱਖੇ ਕੋਲੋਂ ਬਹੁਤ ਦੂਰੀ 'ਤੇ ਰਹਿੰਦਾ ਹੁੰਦਾ। 6 ਘੰਟੇ ਲੱਗ ਜਾਂਦੇ ਸੀ ਜਹਾਜ਼ ਵਿੱਚ। ਉੱਧਰ ਜੱਸੀ ਰਾਤ ਨੂੰ ਸੁੱਖੇ ਦੇ ਕਮਰੇ ਵਿੱਚ ਜਾਂਦੀ। ਸੁੱਖਾ ਆਖਦਾ ਕਿ ਤੁਸੀਂ ਇਸ ਵੇਲੇ ਕੀ ਗੱਲ ਹੋਈ? ਜੱਸੀ ਸ਼ਰਾਬ ਦੇ ਨਸ਼ੇ ਵਿੱਚ ਸੀ। ਉਹ ਸੁੱਖੇ ਨੂੰ ਕਹਿੰਦੀ, ਮੈਂ ਤੈਨੂੰ ਇਹ ਗੱਲ ਕਹਿਣੀ ਆ। ਸੁੱਖਾ ਆਖਦਾ, ਦੱਸੋ ਕੀ ਗੱਲ ਆ? ਕਹਿੰਦੀ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ।
ਸੁੱਖਾ ਆਖਦਾ ਕਿ ਇਹ ਕੀ ਕਹਿ ਰਹੇ ਹੋ, ਦੋਸਤੀ ਤਾਂ ਠੀਕ ਆ ਪਰ ਪਿਆਰ ਤਾਂ ਇੱਕ ਵਾਰ ਹੀ ਹੁੰਦਾ ਅਤੇ ਮੈਂ ਲਾਡੀ ਨੂੰ ਪਿਆਰ ਕਰਦਾ। ਜੱਸੀ ਉੱਚੀ ਉੱਚੀ ਹੱਸਦੀ ਅਤੇ ਕਹਿੰਦੀ ਕਿਹੜੀ ਦੁਨੀਆ ਵਿੱਚ ਰਹਿਣਾ ਆ ਤੂੰ। ਸੁੱਖਾ ਬਹੁਤ ਉਦਾਸ ਰਹਿੰਦਾ ਅਤੇ ਜੱਸੀ ਵਾਰ ਵਾਰ ਉਹਨੂੰ ਕਹਿੰਦੀ ਕਿ ਤੂੰ ਇੱਕ ਵਾਰ ਸ਼ਰਾਬ ਪੀ ਕੇ ਤਾਂ ਦੇਖ, ਤੂੰ ਕੀ ਲਾਡੀ ਲਾਡੀ ਲਗਾਈ, ਅਗਲੀ ਨੇ ਇੱਕ ਵਾਰੀ ਫੋਨ ਵੀ ਨਹੀਂ ਕੀਤਾ ਤੈਨੂੰ। ਉਹ ਸ਼ਰਾਬ ਦਾ ਪੈਗ ਪਾਉਂਦੀ ਅਤੇ ਕਹਿੰਦੀ ਆ ਚੁੱਕ, ਸਭ ਦੁੱਖ ਦੂਰ ਹੋ ਜਾਣੇ ਨੇ ਤੇਰੇ ਤੋਂ। ਉਹ ਜ਼ਬਰਦਸਤੀ ਸੁੱਖੇ ਨੂੰ ਸ਼ਰਾਬ ਪਿਲਾ ਦਿੰਦੀ। ਹੁਣ ਹਰ ਰੋਜ਼ ਉਹ ਸੁੱਖੇ ਦੇ ਕਮਰੇ ਵਿੱਚ ਆਉਣ ਲੱਗ ਪਈ ਅਤੇ ਇੱਕ ਦਿਨ ਸੁੱਖੇ ਨੂੰ ਸ਼ਰਾਬ ਪਿਲਾ ਕੇ ਸੁੱਖੇ ਦੇ ਨਾ ਕਰਨ 'ਤੇ ਜ਼ਬਰਦਸਤੀ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੀ ਆ। ਸੁੱਖਾ ਆਪਣੀ ਗਲਤੀ 'ਤੇ ਸ਼ਰਮਿੰਦਾ ਹੁੰਦਾ ਅਤੇ ਸੋਚਦਾ ਲਾਡੀ ਨੂੰ ਜੇਕਰ ਪਤਾ ਲੱਗਾ ਤਾਂ ਕੀ ਸੋਚੇਗੀ। ਜੱਸੀ ਸੁੱਖੇ ਨੂੰ ਕਹਿੰਦੀ ਕਿ ਤੂੰ ਹੁਣ ਮੇਰਾ ਹੋ ਚੁੱਕਾ ਹੈ, ਤੂੰ ਭੁੱਲ ਜਾ ਆਪਣੀ ਪਤਨੀ ਨੂੰ, ਅਸੀਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਾਂ। ਸੁੱਖਾ ਬਹੁਤ ਉਦਾਸ ਹੁੰਦਾ। ਉੱਧਰ ਲਾਡੀ ਨੂੰ ਉਸਦੀ ਮਾਂ ਕਹਿੰਦੀ ਪੁੱਤ ਸੁੱਖੇ ਨੂੰ ਫੋਨ ਕਰ ਲਈ, ਇੰਨਾ ਵੀ ਕੀ ਗੁੱਸਾ। ਲਾਡੀ ਫੋਨ ਕਰਦੀ ਆ ਅਤੇ ਸੁੱਖਾ ਉਹਦੇ ਨਾਲ ਗੱਲ ਨਹੀਂ ਕਰ ਪਾਉਂਦਾ, ਆਪਣੇ ਆਪ 'ਤੇ ਬਹੁਤ ਸ਼ਰਮਿੰਦਾ ਹੁੰਦਾ। ਲਾਡੀ ਕਹਿੰਦੀ ਕਿ ਕੀ ਗੱਲ ਹੋਈ, ਇੰਨੀ ਚੁੱਪ ਕਿਉਂ ਆ। ਸੁੱਖਾ ਕੋਈ ਖਾਸ ਗੱਲ ਨਹੀਂ ਕਰਦਾ। ਹੁਣ ਥੋੜ੍ਹੇ ਦਿਨਾਂ ਬਾਅਦ ਜੱਸੀ ਕਹਿੰਦੀ ਕਿ ਮੈਂ ਪ੍ਰੈਗਨੈਂਟ ਹਾਂ। ਉਹ ਸੁੱਖੀ ਨੂੰ ਕਹਿੰਦੀ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਸੁੱਖਾ ਆਖਦਾ ਇਹ ਕਿਵੇਂ ਹੋ ਸਕਦਾ, ਮੈਂ ਤੇਰੇ ਨਾਲ ਕੋਈ ਵਿਆਹ ਨਹੀਂ ਕਰਵਾਇਆ, ਫਿਰ ਇਹ ਬੱਚਾ ਕਿਵੇਂ ਰੱਖ ਸਕਦਾ ਮੈਂ। ਜੱਸੀ ਕਹਿੰਦੀ ਕਿ ਇੱਥੋਂ ਇਹ ਆਮ ਜਿਹੀ ਗੱਲ ਆ, ਬਹੁਤ ਸਾਰੇ ਲੋਕ ਬਿਨਾਂ ਵਿਆਹ ਤੋਂ ਹੀ ਪਤੀ ਪਤਨੀ ਵਾਂਗ ਰਹਿੰਦੇ ਹਨ, ਉਹਨਾਂ ਦੇ ਬੱਚੇ ਵੀ ਹੁੰਦੇ ਹਨ। ਸੁੱਖਾ ਹੁਣ ਵਾਪਸ ਪੰਜਾਬ ਜਾਣ ਦੀ ਤਿਆਰੀ ਕਰਨ ਲੱਗਾ। ਉਹ ਜੱਸੀ ਤੋਂ ਚੋਰੀ ਨਿਕਲ ਜਾਣਾ ਚਾਹੁੰਦਾ ਸੀ ਉੱਥੋਂ, ਪਰ ਉਸਨੂੰ ਪਤਾ ਲੱਗ ਜਾਂਦਾ ਅਤੇ ਕਹਿੰਦੇ ਕਿ ਜੇਕਰ ਤੂੰ ਇੱਥੋਂ ਵਾਪਸ ਜਾਣ ਬਾਰੇ ਸੋਚਿਆ ਵੀ ਮੈਂ ਪੁਲਿਸ ਪਲਾ ਲੈਣੀ ਅਤੇ ਫਿਰ ਪਿਆ ਰਹੀ ਜੇਲ੍ਹ ਵਿੱਚ ਸਾਰੀ ਉਮਰ। ਹੁਣ ਸੁੱਖੇ ਦੀ ਉਹਦੇ ਪਰਿਵਾਰ ਨਾਲ ਗੱਲ ਵੀ ਨਹੀਂ ਸੀ ਹੁੰਦੀ। ਜਦੋਂ ਵੀ ਸੁੱਖੇ ਦੇ ਪਰਿਵਾਰ ਦਾ ਫੋਨ ਆਉਂਦਾ, ਜੱਸੀ ਦੱਸਦੀ ਨਹੀਂ ਸੀ ਸੁੱਖੇ ਨੂੰ, ਜਾਂ ਆਖਦੇ ਦੀ ਇੱਥੇ ਕੋਈ ਨਹੀਂ ਰਹਿੰਦਾ। ਇਹ ਕਹਾਣੀ ਉਸ ਟਾਈਮ ਦੀ ਆ ਜਦੋਂ ਮੋਬਾਈਲ ਫੋਨ ਨਹੀਂ ਸੀ ਹੁੰਦੇ। ਹੁਣ ਸੁੱਖੇ ਦੀ ਭੈਣ ਨੂੰ ਲਾਡੀ ਕਹਿੰਦੀ ਕਿ ਤੁਸੀਂ ਕੁਝ ਪਤਾ ਕਰੋ, ਕਿਉਂ ਨਹੀਂ ਗੱਲ ਕਰਦੇ ਸਾਡੇ ਨਾਲ ਅਤੇ ਕਿੱਥੇ ਹਨ। ਸੁੱਖੀ ਦੀ ਭੈਣ ਜੱਸੀ ਦੇ ਘਰ ਜਾਂਦੀ ਆ ਅਤੇ ਕਹਿੰਦੀ ਸੁੱਖਾ ਕਿੱਥੇ ਆ। ਸੁੱਖਾ ਆਉਂਦਾ ਅਤੇ ਉਹਦੀ ਭੈਣ ਕਹਿੰਦੀ ਚੱਲ ਮੇਰੇ ਨਾਲ। ਜੱਸੀ ਕਹਿੰਦੀ ਕਿ ਨਹੀਂ ਜਾ ਸਕਦਾ, ਹੁਣ ਇਹੋ ਮੇਰੇ ਬੱਚੇ ਦਾ ਪਾਪ ਬਣਨ ਵਾਲਾ ਹੈ। ਸੁੱਖੀ ਦੀ ਭੈਣ ਗੁੱਸੇ ਵਿੱਚ ਕਹਿੰਦੀ ਕਿ ਇਹ ਕੀ ਕਹਿ ਰਹੀ ਹਾਂ। ਉਹ ਸੁੱਖੇ ਵੱਲ ਦੇਖਦੀ ਅਤੇ ਕਹਿੰਦੀ ਤੂੰ ਦੱਸ, ਇਹ ਜੋ ਕਹਿੰਦੇ ਆ ਸੱਚ ਆ। ਸੁੱਖਾ ਨੀਵੀਂ ਪਾ ਕੇ ਹਾਂ ਵਿੱਚ ਸਿਰ ਹਿਲਾ ਦਿੰਦਾ। ਉਹਦੀ ਭੈਣ ਸੁੱਖੇ ਨੂੰ ਬਹੁਤ ਕੁਝ ਬੋਲਦੀ ਅਤੇ ਰੋਂਦੀ ਰੋਂਦੀ ਚਲੇ ਜਾਂਦੀ। ਸੁੱਖੇ ਦੀ ਭੈਣ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਜੇਕਰ ਤੁਸੀਂ ਉਦੋਂ ਸੁੱਖੇ ਨੂੰ ਆਪਣੇ ਘਰ ਰੱਖ ਲੈਂਦੇ ਤਾਂ ਇਹੋ ਦਿਨ ਨਾ ਦੇਖਣਾ ਪੈਂਦਾ। ਹੁਣ ਮੈਂ ਕੀ ਆਖਾਂ ਆਪਣੇ ਮਾਂ ਬਾਪ ਨੂੰ ਅਤੇ ਰੱਬ ਦਾ ਰੂਪ ਲਾਡੀ ਨੂੰ। ਉਹ ਆਪਣੇ ਮਾਂ ਬਾਪ ਨੂੰ ਉੱਦਾਂ ਕਹਿ ਦਿੰਦੀ ਕਿ ਸੁੱਖਾ ਜੱਸੀ ਦੇ ਘਰ ਰਹਿੰਦਾ, ਉਹ ਵੀ ਉਹਨੂੰ ਫੋਨ ਕਰਨ ਤੋਂ ਰੋਕਦੀ ਪਰ ਬੱਚੇ ਵਾਲੀ ਗੱਲ ਨਹੀਂ ਦੱਸਦੀ। ਲਾਡੀ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਰੋਂਦੀ ਰਹਿੰਦੀ। ਕੋਈ ਕਹਿੰਦਾ ਕਿ ਉਹਨੇ ਕਿੱਥੇ ਆਉਣਾ, ਕੋਈ ਕਹਿੰਦਾ ਕਿ ਦੂਜਾ ਵਿਆਹ ਕਰਵਾ ਲਿਆ ਹੋਣਾ। ਲਾਡੀ ਦੀ ਬੇਟੀ 5 ਸਾਲ ਦੀ ਹੋ ਗਈ ਸੀ। ਉਹ ਆਪਣੇ ਪਾਪਾ ਬਾਰੇ ਪੁੱਛਦੀ ਕਿ ਕਦੋਂ ਆਉਣਗੇ। ਉਹ ਕਹਿੰਦੀ ਕਿ ਉਸਦੀ ਫਰੈਂਡ ਦੇ ਮੰਮੀ ਪਾਪਾ ਉਸਨੂੰ ਘੁਮਾਉਣ ਲਿਜਾਂਦੇ, ਮੇਰੇ ਪਾਪਾ ਨਹੀਂ ਆਉਂਦੇ। ਲਾਡੀ ਕੋਲ ਕੋਈ ਜਵਾਬ ਨਾ ਹੁੰਦਾ। ਹੁਣ ਸੁੱਖਾ ਜ਼ਿਆਦਾ ਹੀ ਸ਼ਰਾਬ ਪੀਣ ਲੱਗ ਪਿਆ ਸੀ, ਉਸਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਹੋ ਗਈ ਸੀ। ਜੱਸੀ ਇੱਕ ਲੜਕੀ ਨੂੰ ਜਨਮ ਦਿੰਦੀ, ਉਸਦਾ ਨਾਮ ਸੀਰਤ ਰੱਖਦੀ। ਹੁਣ ਸਾਰੇ ਚਾਹੁੰਦੇ ਸੀ ਕਿ ਇੱਕ ਵਾਰ ਲਾਡੀ ਸੁੱਖੇ ਕੋਲ ਚਲੀ ਜਾਵੇ। ਲਾਡੀ ਦੀ ਭਾਬੀ ਦੇ ਭਰਾ ਦਾ ਵਿਆਹ ਹੁੰਦਾ, ਉਹ ਕਹਿੰਦੀ ਕਿ ਅਸੀਂ ਰਾਹਦਾਰੀ ਭੇਜਦੇ ਹਾਂ, ਸ਼ਾਇਦ ਵੀਜ਼ਾ ਲੱਗ ਜਾਵੇ।
ਉਹ ਇੱਕ ਏਜੰਟ ਨਾਲ ਗੱਲ ਕਰਦੀ। ਉਹ ਕਹਿੰਦਾ ਕਿ ਉਹਦੀ ਇਕੱਲੀ ਦੀ ਹੀ ਭਰੂ ਕਾਗਜ਼ ਜੇਕਰ ਬੱਚੇ ਦੇ ਨਾਲ ਭਰੀ ਤਾਂ ਸ਼ਾਇਦ ਵੀਜ਼ਾ ਨਾ ਲੱਗੇ। ਲਾਡੀ ਕਹਿੰਦੀ ਕਿ ਮੈਂ ਸਿਮਰਨ ਤੋਂ ਬਿਨਾਂ ਨਹੀਂ ਜਾਣਾ। ਸਾਰੇ ਉਹਨੂੰ ਸਮਝਾਉਂਦੇ ਕਿ ਜੇਕਰ ਤੇਰਾ ਵੀਜ਼ਾ ਲੱਗ ਜਾਵੇ ਤਾਂ ਤੂੰ ਸੁੱਖੇ ਨੂੰ ਮਿਲ, ਜਲਦੀ ਵਾਪਸ ਆ ਜਾਵੇਂ, ਅਸੀਂ ਇੱਥੇ ਸਾਰੇ ਹਾਂ ਸਿਮਰਨ ਦਾ ਖਿਆਲ ਰੱਖਣ ਲਈ। ਲਾਡੀ ਦੇ ਪੇਪਰ ਭਰੇ ਜਾਂਦੇ ਅਤੇ ਉਹਦਾ ਵੀਜ਼ਾ ਲੱਗ ਜਾਂਦਾ। ਉਹ ਆਪਣੇ ਭਰਾ ਕੋਲ ਚਲੇ ਜਾਂਦੀ ਅਤੇ ਉੱਥੇ ਭਾਬੀ ਦੇ ਭਰਾ ਦਾ ਵਿਆਹ ਹੋ ਜਾਣ ਤੋਂ ਬਾਅਦ ਸੁੱਖੇ ਨੂੰ ਮਿਲਣ ਆਪਣੇ ਭਰਾ ਭਾਬੀ ਨਾਲ ਚੱਲ ਪਈ। ਉਹ ਸਾਰੇ ਸੁੱਖੇ ਦੀ ਭੈਣ ਦੇ ਘਰ ਜਾਂਦੇ। ਲਾਡੀ ਨੂੰ ਸੁੱਖੇ ਨਾਲ ਮਿਲਣ ਦਾ ਬਹੁਤ ਚਾਅ ਸੀ। ਸੁੱਖੇ ਦੀ ਭੈਣ ਕਹਿੰਦੀ ਕਿ ਅਜੇ ਸੁੱਖਾ ਕੰਮ 'ਤੇ ਹੋਣਾ, ਅਸੀਂ ਘੁੰਮਣ ਚੱਲਦੇ ਹਾਂ। ਸੁੱਖੇ ਦੀ ਭੈਣ ਸੋਚਦੀ ਹੁੰਦੀ ਆ ਕਿ ਕਿਵੇਂ ਮਿਲਾਵਾਂ ਲਾਡੀ ਨੂੰ ਸੁੱਖੇ ਨਾਲ। ਲਾਡੀ ਦਾ ਬਿਲਕੁਲ ਵੀ ਮਨ ਨਹੀਂ ਹੁੰਦਾ ਘੁੰਮਣ ਦਾ। ਉਹ ਕਹਿੰਦੀ ਤੁਸੀਂ ਜਾਓ, ਮੈਂ ਇੱਥੇ ਰਹਿੰਦੀ। ਪਰ ਉਹ ਉਸਨੂੰ ਵੀ ਨਾਲ ਲੈ ਜਾਂਦੇ। ਉਹ ਸ਼ੋਪਿੰਗ ਮਾਲ ਵਿੱਚੋਂ ਆ ਰਹੇ ਹੁੰਦੇ ਅਤੇ ਉਹਨਾਂ ਦੇ ਬਿਲਕੁਲ ਸਾਹਮਣੇ ਸੁੱਖਾ ਇੱਕ ਅੱਧ ਖੜਾ ਔਰਤ ਜੱਸੀ ਨਾਲ ਇੱਕ ਛੋਟਾ ਬੱਚਾ ਚੁੱਕੀ ਆ ਰਿਹਾ ਹੁੰਦਾ। ਲਾਡੀ ਦੀ ਨਜ਼ਰ ਸੁੱਖੇ 'ਤੇ ਪੈਂਦੀ ਅਤੇ ਸੁੱਖਾ ਵੀ ਦੇਖ ਲੈਂਦਾ ਉਹਨਾਂ ਸਭ ਨੂੰ। ਲਾਡੀ ਸਮਝ ਆਉਂਦੀ, ਉਸਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਪੈਂਦੀ। ਉਹਦਾ ਸਿਰ ਚਕਰਾਉਣ ਲੱਗ ਪੈਂਦਾ। ਸੁੱਖਾ ਸ਼ਰਮ ਦੇ ਮਾਰੇ ਨੀਵੀਂ ਪਾਈ ਰੱਖਦਾ। ਲਾਡੀ ਦਾ ਭਰਾ ਕਹਿੰਦਾ, ਇਹ ਔਰਤ ਅਤੇ ਬੱਚਾ ਕੌਣ ਹਨ? ਜੱਸੀ ਕਹਿੰਦੀ, ਇਹ ਸਾਡੀ ਦੋਨਾਂ ਦੀ ਬੇਟੀ ਆ। ਲਾਡੀ ਚੱਕਰਾਉਣ ਨਾਲ ਥੱਲੇ ਡਿੱਗ ਪੈਂਦੀ। ਸੁੱਖੇ ਦੀ ਭੈਣ ਐਂਬੂਲੈਂਸ ਬੁਲਾਉਂਦੀ ਅਤੇ ਲਾਡੀ ਨੂੰ ਹਸਪਤਾਲ ਲੈ ਜਾਂਦੇ। ਜੱਸੀ ਸੁੱਖੇ ਨੂੰ ਬਾਂਹ ਤੋਂ ਫੜ ਕੇ ਅੱਗੇ ਵੱਲ ਤੁਰ ਪੈਂਦੀ। ਹੁਣ ਲਾਡੀ ਜਿੱਦ ਕਰਦੀ ਕਿ ਮੈਨੂੰ ਜਲਦੀ ਪੰਜਾਬ ਭੇਜ ਦਿਓ, ਮੇਰਾ ਘਰ ਬਰਬਾਦ ਹੋ ਗਿਆ। ਰੋਂਦੀ ਰਹਿੰਦੀ ਹਰ ਵੇਲੇ। ਲਾਡੀ ਦਾ ਭਰਾ ਅਤੇ ਸੁੱਖੇ ਦੀ ਭੈਣ ਜੀਜਾ ਜਾਂਦੇ ਸੁੱਖੇ ਨੂੰ ਸਮਝਾਉਣ, ਪਰ ਜੱਸੀ ਵਰਗੀ ਚਲਾਕ ਔਰਤ ਉਹਨਾਂ ਨੂੰ ਗੱਲ ਹੀ ਨਾ ਆਉਣ ਦਿੰਦੀ। ਹੁਣ ਲਾਡੀ ਪੰਜਾਬ ਆ ਜਾਂਦੀ ਆਪਣੇ ਘਰ ਅਤੇ ਸਾਰੀ ਗੱਲ ਸੱਸ ਸਹੁਰੇ ਨੂੰ ਦੱਸਦੀ। ਉਸਦਾ ਸਹੁਰਾ ਹੱਥ ਜੋੜ ਕੇ ਕਹਿੰਦਾ ਕਿ ਧੀਏ, ਮੈਨੂੰ ਨਹੀਂ ਪਤਾ ਕਿ ਸੁੱਖਾ ਇੱਦਾਂ ਕਰੇਗਾ, ਮੇਰਾ ਉਹਨੂੰ ਬਾਹਰ ਭੇਜਣ ਦਾ ਫੈਸਲਾ ਬਹੁਤ ਗਲਤ ਸੀ। ਲਾਡੀ ਦੇ ਮਾਂ ਬਾਪੀ ਹੁਣ ਕਨੇਡਾ ਚਲੇ ਗਏ ਸੀ ਆਪਣੇ ਪੁੱਤਰ ਕੋਲ ਜਾਣ ਲੱਗੇ। ਲਾਡੀ ਦਾ ਬਾਪ ਕਹਿੰਦਾ ਕਿ ਪੁੱਤ, ਜਦੋਂ ਤੂੰ ਜੰਮੀ ਸੀ ਤਾਂ ਮੈਨੂੰ ਕੋਈ ਖਾਸ ਖੁਸ਼ੀ ਨਹੀਂ ਸੀ ਹੋਈ, ਕਿਉਂਕਿ ਸਮਾਜ ਵਿੱਚ ਧੀਆਂ ਦੇ ਦੁੱਖ ਦੇਖਦਾ ਸੀ ਮੈਂ। ਧੀਆਂ ਮਾੜੀਆਂ ਨਹੀਂ ਹੁੰਦੀਆਂ, ਬਸ ਰੱਬ ਇਹਨਾਂ ਦੇ ਲੇਖ ਮਾੜੇ ਨਾ ਲਿਖੇ। ਲਾਡੀ ਦੀ ਬੇਟੀ ਹੁਣ ਜਿੱਦਾਂ ਜਿੱਦਾਂ ਵੱਡੀ ਹੋ ਰਹੀ ਸੀ, ਉਹਦੀ ਆਪਣੇ ਬਾਪ ਪ੍ਰਤੀ ਨਫ਼ਰਤ ਵੀ ਵੱਧ ਗਈ ਸੀ। ਉਹ ਹੁਣ ਸਭ ਸਮਝਦੀ ਸੀ। ਉਹ ਲਾਡੀ ਜੋ ਕਦੇ ਪਰੀਆਂ ਦੀ ਰਾਣੀ ਵਾਂਗ ਰਹਿੰਦੀ ਸੀ, ਹੁਣ ਸੋਕੇ ਤੀਲਾ ਹੋ ਗਈ ਸੀ। ਹੁਣ ਤਾਂ ਕਈ ਕਈ ਦਿਨ ਇੱਕ ਹੀ ਸੂਟ ਪਾਈ ਰੱਖਣਾ, ਹਰ ਵੇਲੇ ਸੋਚਾਂ ਵਿੱਚ ਡੁੱਬੇ ਰਹਿਣਾ। ਉਹ ਕਦੇ ਕਦੇ ਸੁੱਖੀ ਦੀ ਦਿੱਤੀ ਚੇਨ ਕੱਢ ਕੇ ਦੇਖਦੀ ਅਤੇ ਰੋਂਦੀ। ਲਾਡੀ ਦੀ ਸੱਸ ਇਸ ਦੁਨੀਆ 'ਤੇ ਨਹੀਂ ਰਹੀ ਸੀ। ਲਾਡੀ ਦੇ ਸਹੁਰੇ ਨੇ ਸੁੱਖੀ ਨੂੰ ਬੇਦਖਲ ਕਰ ਦਿੱਤਾ ਸੀ ਅਤੇ ਸਾਰੀ ਜ਼ਮੀਨ ਜਾਇਦਾਦ ਆਪਣੀ ਪੋਤੀ ਦੀ ਨੂੰਹ ਦੇ ਨਾਮ ਕਰਵਾ ਦਿੱਤੀ ਸੀ। ਉਸਨੇ ਸੁੱਖੀ ਨੂੰ ਵੀ ਦੱਸ ਦਿੱਤਾ ਸੀ ਕਿ ਤੈਨੂੰ ਕਾਨੂੰਨੀ ਤੌਰ 'ਤੇ ਬੇਦਖਲ ਕਰ ਦਿੱਤਾ ਹੈ। ਪਰ ਸੁੱਖੀ ਨੂੰ ਕੋਈ ਦੁੱਖ ਨਹੀਂ ਸੀ ਇਸ ਗੱਲ ਦਾ। ਉਹ ਸੋਚਦਾ ਕਿ ਮੈਂ ਇਸੇ ਲਾਇਕ ਹੀ ਸੀ, ਨਾ ਮੈਂ ਚੰਗਾ ਪੁੱਤ ਬਣਿਆ ਅਤੇ ਨਾ ਹੀ ਚੰਗਾ ਪਤੀ। ਸੁੱਖੇ ਦੀ ਭੈਣ ਨੇ ਵੀ ਰਿਸ਼ਤਾ ਤੋੜ ਦਿੱਤਾ ਸੀ ਉਹਦੇ ਨਾਲੋਂ। ਸੁੱਖਾ ਸੋਚਦਾ ਕਿ ਮੇਰੀ ਇੱਕ ਗਲਤੀ ਨੇ ਮੈਨੂੰ ਰੋਲ ਕੇ ਰੱਖ ਦਿੱਤਾ। ਲਾਡੀ ਦੀ ਬੇਟੀ ਸਿਮਰਨ 18 ਸਾਲਾਂ ਦੀ ਹੋ ਗਈ ਸੀ। ਉਹ ਕਾਲਜ ਜਾਣ ਲੱਗ ਪਈ ਸੀ। ਜਦੋਂ ਸੁੱਖਾ ਕਨੇਡਾ ਗਿਆ ਸੀ, ਸਿਮਰਨ 1 ਸਾਲ ਦੀ ਸੀ। ਹੁਣ ਸਿਮਰਨ ਭੁੱਲ ਚੁੱਕੀ ਸੀ ਕਿ ਉਸਦਾ ਕੋਈ ਬਾਪ ਵੀ ਹੈ। ਉੱਧਰ ਜੱਸੀ ਦੀਆਂ ਆਦਤਾਂ ਠੀਕ ਨਹੀਂ ਸਨ, ਹਲਵੇ ਦੇ ਨਸ਼ੇ ਵਿੱਚ ਰਹਿੰਦੀ। ਸੀਰਤ ਨੂੰ ਸ਼ੁਰੂ ਤੋਂ ਹੀ ਸੁੱਖਾ ਸੰਭਾਲਦਾ। ਜੱਸੀ ਨੇ ਤਾਂ ਸੀਰਤ ਨੂੰ ਸਿਰਫ ਇਸ ਲਈ ਜੰਮਿਆ ਸੀ ਕਿ ਸੁੱਖੇ ਨੂੰ ਆਪਣੀ ਨਾਲ ਹਮੇਸ਼ਾ ਲਈ ਰੱਖ ਸਕੇ। ਉਦਾਂ ਉਹ ਵੀ ਧਿਆਨ ਨਹੀਂ ਸੀ ਦਿੰਦੀ ਉਸ ਵੱਲ।
ਇੱਕ ਦਿਨ ਜੱਸੀ ਨੂੰ ਅਟੈਕ ਆਇਆ ਅਤੇ ਉਹਦੀ ਮੌਤ ਹੋ ਗਈ। ਹੁਣ ਜੱਸੀ ਨਾਮ ਦੀ ਆਫ਼ਤ ਜਾ ਚੁੱਕੀ ਸੀ ਉਹਦੀ ਜ਼ਿੰਦਗੀ ਵਿੱਚੋਂ। ਹੁਣ ਇੱਕ ਦਿਨ ਸੁੱਖੇ ਦਾ ਦਿਲ ਆਪਣੀ ਭੈਣ ਨੂੰ ਮਿਲਣ ਨੂੰ ਕੀਤਾ। ਉਹ ਉਸਦੇ ਘਰ ਗਿਆ। ਭੈਣ ਦਰਵਾਜ਼ਾ ਖੋਲ੍ਹਦੀ ਆ ਅਤੇ ਗੁੱਸੇ ਵਿੱਚ ਕਹਿੰਦੀ ਕਿ ਹੁਣ ਕੀ ਕਰਨਾ ਆ। ਕਹਿੰਦਾ ਮਾਫ਼ੀ ਮੰਗਣ। ਭੈਣ ਕਹਿੰਦੀ ਕਿਹਦੇ ਕਿਹਦੇ ਕੋਲੋਂ ਮੰਗੇਗਾ ਮਾਫ਼ੀ। ਭੈਣ ਉਸ ਨੂੰ ਅੰਦਰ ਬੈਠਣ ਨੂੰ ਕਹਿੰਦੀ। ਉਹ ਦੱਸਦਾ ਕਿ ਜੱਸੀ ਤਾਂ ਹੁਣ ਇਸ ਦੁਨੀਆ 'ਤੇ ਨਹੀਂ। ਉਸਦੀ ਭੈਣ ਕਹਿੰਦੀ ਕਿ ਤੈਨੂੰ ਪਤਾ ਕਿ ਸਾਡੀ ਮਾਂ ਵੀ ਸਾਨੂੰ ਛੱਡ ਕੇ ਜਾ ਚੁੱਕੀ ਆ। ਸੁੱਖਾ ਆਪਣੀ ਭੈਣ ਦੀ ਗੋਦੀ ਵਿੱਚ ਸਿਰ ਰੱਖ ਕੇ ਬਹੁਤ ਰੋਂਦਾ। ਸੁੱਖਾ ਆਖਦਾ ਮਾਫ਼ ਕਰ ਦੇ ਮੈਨੂੰ ਭੈਣ। ਸੁੱਖਾ ਕਿੰਨੀ ਦੇਰ ਆਪਣੀ ਭੈਣ ਦੀ ਗੋਦੀ ਵਿੱਚ ਸਿਰ ਰੱਖ ਬੈਠਾ ਰਹਿੰਦਾ। ਉਸਦੀ ਭੈਣ ਉਸਦਾ ਸਿਰ ਪਲੋਸਦੀ ਰਹੀ ਅਤੇ ਉਸਨੂੰ ਬਹੁਤ ਸਕੂਨ ਮਿਲ ਰਿਹਾ ਸੀ। ਉਸਨੂੰ ਇੱਦਾਂ ਲੱਗ ਰਿਹਾ ਸੀ ਕਿ ਉਹ ਆਪਣੀ ਮਾਂ ਦੀ ਗੋਦ ਵਿੱਚ ਹੁੰਦਾ। ਉਸਦੀ ਭੈਣ ਉਸਨੂੰ ਗੱਲ ਨਾਲ ਲਗਾ ਲੈਂਦੀ ਅਤੇ ਕਹਿੰਦੀ ਜੇ ਮੈਂ ਕਹਾਂ ਮੇਰਾ ਵੀਰ ਮੰਨੇਗਾ। ਸੁੱਖਾ ਆਖਦਾ ਹੁਕਮ ਕਰ ਭੈਣ। ਉਹ ਕਹਿੰਦੀ ਪੰਜਾਬ ਆਪਣੇ ਘਰ ਚੱਲ ਜਾ। ਸੁੱਖਾ ਆਖਦਾ ਕਿਹੜਾ ਮੂੰਹ ਲੈ ਕੇ ਜਾਵਾਂ, ਕਿੱਦਾਂ ਕਰਾਂ ਸਾਹਮਣਾ ਲਾਡੀ ਸਿਮਰਨ ਅਤੇ ਬਾਪੂ ਦਾ। ਪਰ ਉਹ ਭੈਣ ਦੇ ਕਹਿਣ 'ਤੇ ਸੀਰਤ ਨੂੰ ਵੀ ਨਾਲ ਲੈ ਕੇ ਚਲੇ ਜਾਂਦਾ। ਉਹ ਸੀਰਤ ਨੂੰ ਛੱਡੇ ਵੀ ਕਿਹਦੇ ਕੋਲ। ਸੁੱਖੇ ਦੀ ਭੈਣ ਪਿੰਡ ਕਿਸੇ ਨੂੰ ਨਾ ਦੱਸੀ ਕਿ ਸੁੱਖਾ ਆ ਰਿਹਾ। ਹੁਣ ਸੁੱਖਾ ਆਪਣੇ ਪਿੰਡ ਪਹੁੰਚ ਗਿਆ ਸੀ ਅਤੇ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਅਤੇ ਨਾਲ ਸੀਰਤ ਸੀ। ਸਵੇਰ ਦਾ ਵੇਲਾ ਸੀ। ਸੁੱਖਾ ਗੇਟ ਨੂੰ ਹੱਥ ਨਾਲ ਧੱਕਦਾ ਉਹ ਖੁੱਲ੍ਹ ਜਾਂਦਾ। ਸਾਹਮਣੇ ਉਹਦੇ ਬਾਪੂ ਜੀ ਅਖਬਾਰ ਪੜ੍ਹ ਰਹੇ ਹੁੰਦੇ ਅਤੇ ਲਾਡੀ ਉਹਨਾਂ ਨੂੰ ਚਾਹ ਦਾ ਕੱਪ ਫੜਾ ਰਹੀ ਸੀ। ਸੁੱਖੇ ਦਾ ਬਾਪੂ ਗੇਟ ਦੀ ਆਵਾਜ਼ ਸੁਣ ਕਹਿੰਦਾ ਕੌਣ ਆ। ਸੁੱਖਾ ਡਰਦਾ ਡਰਦਾ ਆਖਦਾ ਮੈਂ ਹਾਂ ਡੈਡੀ ਜੀ। ਸੁੱਖੇ ਦੀ ਆਵਾਜ਼ ਸੁਣ ਉਹਦੇ ਡੈਡੀ ਉੱਠ ਖੜ੍ਹੇ ਅਤੇ ਲਾਡੀ ਦੇ ਸਰੀਰ ਵਿੱਚ ਸਮਝੋ ਕੰਬਣੀ ਜਿਹੀ ਛਿੜੀ। ਸੁੱਖੇ ਦੇ ਬਾਪ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਜਾਂਦਾ। ਉਹ ਕਹਿੰਦਾ ਸੁੱਖੇ ਜਿੰਨੀ ਪੈਰੀ ਆਇਆ ਉਨੀ ਪੈਰੀ ਵਾਪਸ ਚਲਾ ਜਾ। ਸੁੱਖਾ ਆਖਦਾ ਮੈਂ ਚਲਾ ਜਾਂਦਾ, ਮੈਨੂੰ ਮਾਫ਼ ਕਰ ਦਿਓ। ਸੁੱਖਾ ਆਪਣੇ ਬਾਪ ਦੀ ਲਾਡੀ ਦੇ ਅੱਗੇ ਥੱਲੇ ਬੈਠ ਕੇ ਮਾਫ਼ੀ ਮੰਗਦਾ ਅਤੇ ਰੋਂਦਾ ਰਹਿੰਦਾ। ਉਹ ਲਾਡੀ ਨੂੰ ਕਹਿੰਦਾ ਮੈਨੂੰ ਪਤਾ ਮੇਰੀ ਗਲਤੀ, ਮਾਫ਼ੀ ਕਰਨ ਦੇ ਯੋਗ ਨਹੀਂ ਆ। ਸਿਮਰਨ ਜੋ ਕਿ ਅੰਦਰ ਕਾਲਜ ਜਾਣ ਨੂੰ ਤਿਆਰ ਹੋ ਰਹੀ ਸੀ ਆਵਾਜ਼ ਸੁਣ ਬਾਹਰ ਆ ਜਾਂਦੀ। ਸੁੱਖੇ ਦਾ ਬਾਪ ਸੁੱਖੇ ਨੂੰ ਕਹਿੰਦਾ ਕਿ ਇਸ ਤੋਂ ਪਹਿਲਾਂ ਕਿ ਮੈਨੂੰ ਕੁਝ ਹੋ ਜਾਵੇ ਚਲਾ ਜਾ ਤੂੰ। ਸੁੱਖਾ ਸੀਰਤ ਨੂੰ ਨਾਲ ਲੈ ਕੇ ਵਾਪਸ ਤੁਰ ਪੈਂਦਾ। ਲਾਡੀ ਕਹਿੰਦੀ ਡੈਡੀ ਜੀ ਤੁਸੀਂ ਇਹਨੂੰ ਮਾਫ਼ ਕਰ ਦਿਓ। ਉਹ ਕਹਿੰਦਾ ਇਹ ਕੀ ਕਹਿ ਰਹੀ ਹਾਂ ਧੀਏ। ਲਾਡੀ ਅੱਗੇ ਹੋ ਕੇ ਉਹਨਾਂ ਨੂੰ ਰੋਕ ਦਿੰਦੀ ਆ ਜਾਣ ਤੋਂ। ਸੁੱਖਾ ਨਜ਼ਰਾਂ ਝੁਕਾਈ ਖੜ੍ਹਾ ਹੁੰਦਾ। ਸਿਮਰਨ ਜੋ ਸਭ ਕੁਝ ਦੇਖ ਰਹੀ ਹੁੰਦੀ ਉਹ ਕਹਿੰਦੀ ਕਿ ਮੰਮੀ ਤੁਸੀਂ ਚਾਹੇ ਇਹਨਾਂ ਨੂੰ ਮਾਫ਼ ਕਰ ਦਿਓ ਪਰ ਮੈਂ ਕਦੇ ਨਹੀਂ ਕਰਾਂਗੀ। ਮੈਂ ਤੁਹਾਨੂੰ ਆਪਣੇ ਬਚਪਨ ਤੋਂ ਹੀ ਰੋਂਦੇ ਹੋਏ ਦੇਖਦੀ ਆਈ ਹਾਂ। ਇਹ ਸਭ ਇਹਨਾਂ ਕਰਕੇ ਹੋਇਆ। ਲਾਡੀ ਨੇ ਸੁੱਖੇ ਨੂੰ ਮਾਫ਼ ਕਰ ਦਿੱਤਾ ਅਤੇ ਉਸਦੀ ਬੇਟੀ ਸੀਰਤ ਨੂੰ ਵੀ ਅਪਣਾਇਆ। ਲਾਡੀ ਦਾ ਕਹਿਣਾ ਸੀ ਕਿ ਕਿਸੇ ਦੇ ਕੀਤੇ ਦੀ ਸਜ਼ਾ ਇਸ ਮਾਸੂਮ ਨੂੰ ਨਹੀਂ ਦੇਣੀ ਚਾਹੀਦੀ। ਇਹੋ ਤਾਂ ਬੇਕਸੂਰ ਆ। ਆਪ ਸਭ ਜ਼ਰੂਰ ਦੱਸਣਾ ਕਿ ਲਾਡੀ ਨੇ ਸੁੱਖੇ ਨੂੰ ਮਾਫ਼ ਕਰਕੇ ਠੀਕ ਕੀਤਾ ਜਾਂ ਨਹੀਂ। ਧੰਨਵਾਦ ਜੀ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਸਤਿ ਸ਼੍ਰੀ ਅਕਾਲ।